को सपोर्ट कर रहे हैं। हमारा ये गठबंधन मजबूत है, सबसे पुराना है। इसकी आवश्यकता देश की मजबूती के लिए और राष्ट्र को मजबूती की ओर ले जाने के लिए, मोदी जी के हाथ मजबूत करने के लिए हमेशा शिरोमणि अकाली दल आगे आया है। जहां मैं उनका धन्यवाद करता हूं, वहीं यह भी विश्वास देता हूं कि हम सारा गठबंधन मजबूती से चलेगा और यह गठबंधन मजबूती से आगे भी काम करेगा। यहां दिल्ली के चुनाव में हमारे सिख भाइयों का समर्थन हम सबको मिले, ये हमने आशा रखी है और सुखबीर जी ने कहा है कि सारे सिख भाई हमारा समर्थन करेंगे। और वैसे भी आपने ध्यान में लिया होगा कि जब जब एनडीए की सरकार आती है और मोदी जी जब प्रधानमंत्री बने हैं, तो जो सिख इश्यूज थे उन सब का सॉल्यूशन करने का काम आदरणीय मोदी जी ने किया है। फिर वो चाहे 1984 के रायट्स को में जिन दोषियों को सज़ा मिलनी थी वहाँ से लेकर के और भी जो इश्यूज हैं, करतारपुर बॉर्डर वाला इशू रहा, उसमें बहुत बड़ा योगदान प्रधानमंत्री जी का रहा है और अकाली दल का समर्थन रहा है। मैं इसी विश्वास के साथ कि हम सब आगे इस गठबंधन को मजबूती प्रदान करेंगे और आगे साथ चलेंगे, यही मैं कहना चाहता हूँ। और सुखबीर जी का फिर से मैं धन्यवाद देना चाहता हूँ कि आपका समर्थन on national issues, on all issues has been there, and the relationship between Shiromani Akali Dal and Bharatiya Janata Party is always very strong. Shall I speak? I'll just speak. Aaj JP Nadda ji, President Bharatiya Janata Party, ਅੱਜ ਘਰੇ ਆਏ ਆ, ਮੈਂ ਇਹਨਾਂ ਨੂੰ ਜੀ ਆਏ ਕਹਿੰਦਾ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ, ਆ ਕੋਈ ਪੋਲੀਟੀਕਲ ਗਠਬੰਧਨ ਨਹੀਂ ਹੈ, ਆ ਇੱਕ ਇਮੋਸ਼ਨਲ ਤੇ ਦੇਸ਼ ਤੇ ਪੰਜਾਬ ਦੇ ਹਿੱਤ ਵਾਸਤੇ, ਫਿਊਚਰ ਵਾਸਤੇ ਤੇ ਪੀਸ ਵਾਸਤੇ ਹੈ। ਕੋਈ ਸਾਡਾ ਕੋਈ ਲੈਣ ਦੇਣ ਦੀ ਕੋਈ ਇਸ਼ੂ ਨਹੀਂ ਹੈ। ਥੋੜ੍ਹੀ ਜਿਹੀ ਕਮਿਊਨੀਕੇਸ਼ਨ ਗੈਪ ਸੀ, ਉਹ ਅਸੀਂ ਬਹਿ ਕੇ ਸਾਰਾ ਸੋਰਟ ਆਊਟ ਕਰ ਲਿਆ। ਅੱਜ ਤੁਸੀਂ ਦੇਖੋ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਨਜਿੰਦਰ ਸਿੰਘ ਸਰਸਾ ਜੀ ਵੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹਰਨੀਤ ਕਾਲਕਾ ਜੀ ਵੀ ਨਾਲ ਹੈ, 50 ਮੈਂਬਰ ਹੈ DGPC ਦੇ, ਉਹਨਾਂ ਤੋਂ ਸਾਰੇ ਮੈਂਬਰ ਹੀ ਅੱਜ ਇੱਥੇ ਤੁਹਾਡੇ ਕੋਲ ਹਾਜ਼ਰ ਹੈ। ਆ ਇਲੈਕਟਿਡ ਬਾਡੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਵੇਂ SGPC 100 ਸਾਲ ਪੁਰਾਣੀ ਪਾਰਟੀ ਆ ਨੱਡਾ ਸਾਹਿਬ। ਆ ਇਸ ਸਾਲ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣਗੇ ਤੇ SGPC ਦੇ ਵੀ 100 ਸਾਲ ਪੂਰੇ ਹੋ ਜਾਣਗੇ। ਐਂਡ ਪੂਰੇ 100 ਸਾਲਾਂ 'ਚ ਹਰ 5 ਸਾਲ ਬਾਅਦ ਕੌਂਸਟੀਟਿਊਸ਼ਨ ਦੇ ਥੱਲੇ ਇਲੈਕਸ਼ਨ ਹੁੰਦੇ ਆ, ਐਂਡ ਲਗਾਤਾਰ 100 ਸਾਲ ਲਗਾਤਾਰ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਾਥ ਦਿੱਤਾ, ਸਿਰ 'ਤੇ ਆਸ਼ੀਰਵਾਦ ਰੱਖਿਆ, ਐਂਡ ਗੁਰੂ ਘਰਾਂ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਪਿਛਲੇ 100 ਸਾਲ ਦਾ ਕਰ ਰਿਹਾ। ਇਸ ਕਰਕੇ ਮੈਂ ਸਾਰੀ ਸਾਡੀ ਸ਼੍ਰੋਮਣੀ ਅਕਾਲੀ ਲੀਡਰਸ਼ਿਪ ਬੈਠੀ ਹੈ, ਤੁਹਾਨੂੰ ਪੂਰਾ ਵਿਸ਼ਵਾਸ ਦਿਉਣੇ ਕਿ ਪੂਰੇ ਅੱਜ ਤੋਂ ਸਾਰੇ ਹੀ ਸਾਡੇ ਵਰਕਰ ਲੱਗ ਜਾਣਗੇ, ਜਿੱਥੇ ਸਾਡਾ ਹੁਕਮ ਲਾਉਂਗੇ। ਸਾਡੀ ਪੰਜਾਬ ਦੀ ਲੀਡਰਸ਼ਿਪ ਵੀ ਹਾਜ਼ਰ ਹੈ, ਦਿੱਲੀ ਸਾਡੀ ਸਾਰੇ ਯੂਨਿਟ ਹਾਜ਼ਰ ਹੈ, ਸਾਡੇ ਹਰ ਮੈਂਬਰ ਜਿੰਨੇ ਮੈਂਬਰ ਹੈ ਇਲੈਕਟਿਡ ਮੈਂਬਰ ਹੈ, ਪਬਲਿਕ ਤੋਂ ਇਲੈਕਟਿਡ ਮੈਂਬਰ ਹੈ, ਸੋ ਹਰ ਕੋਨੇ 'ਤੇ ਹੈ। ਅਤੇ ਜਿੱਥੇ ਜਿੱਥੇ ਤੁਸੀਂ ਕਹੋਗੇ
ਸਾਡੀ ਕੋਆਰਡੀਨੇਸ਼ਨ ਟੀਮ ਅਸੀਂ ਬਣਾ ਦਿੰਦੇ ਹਾਂ ਲੋਕਲ ਯੂਨਿਟ ਦੀ ਤੁਹਾਡੇ ਬੀਜੇਪੀ ਯੂਨਿਟ ਨਾਲ, ਅਤੇ ਜਿੱਥੇ ਮੇਰੀ ਲੋੜ ਪਏ, ਜਿੱਥੇ ਸਾਡੇ ਸੀਨੀਅਰ ਲੀਡਰਸ਼ਿਪ ਐਮ ਪੀਜ਼ ਦੀ ਲੋੜ ਪਏ, ਸਿੱਖ ਸੰਗਤ ਨੂੰ ਅਪੀਲ ਵੀ ਕਰ, ਅਤੇ ਮੈਂ ਸਾਰੀ ਸਿੱਖ ਸੰਗਤ ਨੂੰ, ਸਾਰੇ ਪੰਜਾਬੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦਾ ਆਪਾਂ ਹੱਥ ਮਜ਼ਬੂਤ ਕਰੀਏ, ਕਿਉਂਕਿ ਜੇ ਸਹੀ ਮਾਇਨੇ 'ਤੇ ਕੋਈ ਇਨਸਾਫ ਜਿਸਨੇ ਆਪਣੀ ਕੌਮ ਨੂੰ ਪੰਜਾਬੀ ਨੂੰ ਦਿੱਤਾ ਅਤੇ ਮੋਦੀ ਸਾਹਿਬ ਨੇ ਦਿੱਤਾ, ਕਰਤਾਰਪੁਰ ਕੋਰੀਡੋਰ ਜਿਹੜੀ ਆਪਣੀ ਹਰ ਸਿੱਖ ਸੰਗਤ ਦੀ ਰੋਜ਼ ਦੀ ਅਰਦਾਸ ਵਿੱਚ ਆਪਾਂ ਅਰਦਾਸ ਪਰਮਾਤਮਾ ਦੇ ਕੋਲ ਕਰਦੇ ਸੀ, ਅਤੇ ਪਰਮਾਤਮਾ ਨੇ ਮੋਦੀ ਜੀ ਦੇ ਸਿਰ 'ਤੇ ਹੱਥ ਰੱਖ ਕੇ ਉਹਨਾਂ ਤੋਂ ਆ ਕੰਮ ਕਰਾਇਆ। ਆਪਾਂ ਕੋਈ ਆਪਣੀ ਕੌਮ ਦਾ ਬੱਚਾ ਕੋਈ ਜਾਂ ਬਜ਼ੁਰਗ ਕੋਈ ਇਹਦੇ 'ਚ ਭੁੱਲ ਨਹੀਂ ਸਕਦਾ। 84 ਦੇ ਕਤਲੇਆਮ 'ਚ ਐਚ ਕੇ ਐਲ ਭਗਤ, ਦੇਖੋ ਕਾਂਗਰਸ ਨੇ ਲਗਾਤਾਰ ਉਹਨਾਂ ਦੀ ਬਚਾਉਣ ਦੀ ਕੋਸ਼ਿਸ਼ ਕੀਤੀ, ਸੱਜਣ ਕੁਮਾਰ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪ੍ਰਧਾਨ ਮੰਤਰੀ ਜੀ ਬਣੇ ਉਹਨਾਂ ਨੇ ਸਪੈਸ਼ਲ ਐਸ ਆਈ ਟੀ ਬਣਾ ਕੇ ਇਕੱਲੇ ਸੱਜਣ ਕੁਮਾਰ ਨਹੀਂ 100 ਹੋਰ ਕੇਸ ਖੋਲ੍ਹਤੇ, ਅਤੇ ਮੈਨੂੰ ਲੱਗਦਾ ਸੱਜਣ ਕੁਮਾਰ ਤਾਂ ਅੰਦਰ ਹੋ ਗਏ। ਦੇਖੋ ਜਿਹੜਾ ਇੰਨੇ ਸਾਲਾਂ ਤੋਂ ਇਨਸਾਫ਼ ਨਹੀਂ ਮਿਲਿਆ ਉਹਨਾਂ ਨੇ ਆ ਕੇ ਕਰਾਇਆ, ਅਤੇ ਉਹਦੇ ਬਾਅਦ ਬਾਕੀ ਕੇਸ ਵੀ ਬੜੇ ਫਾਸਟ ਟਰੈਕ ਚੱਲ ਰਹੇ ਆ। ਮੈਨੂੰ ਆਸ ਹੈ ਕਿ ਅਗਲੇ 6-7 ਮਹੀਨਿਆਂ ਦੇ ਅੰਦਰ ਜਿੰਨੇ ਵੀ ਦੋਸ਼ੀ ਹੈ ਉਹ ਸਾਰੇ ਹੀ ਜੇਲ੍ਹਾਂ 'ਚ ਹੋਣਗੇ। ਜਿਹੜਾ ਆਪਾਂ ਇੰਨੇ ਸਾਲ ਦੀ ਆਪਾਂ ਆਸ ਰੱਖੀ ਬੈਠੇ ਸੀ ਉਹ ਪੂਰੀ ਹੋ ਰਹੀ ਹੈ। ਬਲੈਕ ਲਿਸਟ ਦਾ ਮਸਲਾ ਸੀ, ਲਗਾਤਾਰ ਆਪਣੇ ਭੈਣ ਭਰਾਵਾਂ ਜਿਹੜੇ ਬਾਹਰ ਚਲੇ ਗਏ ਸੀ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਸੀ। ਅਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲੇ, ਉਹਨਾਂ ਨੇ ਇਮੀਡੀਏਟਲੀ ਉਹਨਾਂ ਨੇ ਹੱਲ ਕੀਤਾ, ਉਹ ਫੈਸਲਾ ਹੱਲ ਕੀਤਾ, ਅਤੇ ਅਸੀਂ ਧੰਨਵਾਦੀ ਹਾਂ ਕਿ ਜਿੰਨੇ ਵੀ ਸਾਨੂੰ ਜਿੰਨੇ ਵੀ ਸਾਡੀ ਸ਼ਤਾਬਦੀਆਂ ਆਈਆਂ ਗੁਰੂ ਘਰ ਦੇ ਸਾਡੇ ਗੁਰੂ ਸਾਹਿਬ ਦੀ ਸ਼ਤਾਬਦੀਆਂ ਆਈਆਂ, ਹਰ ਸ਼ਤਾਬਦੀ ਵਿੱਚ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਉਹਨਾਂ ਨੇ ਪੂਰਾ ਸਪੋਰਟ ਦਿੱਤੀ, ਫਾਈਨੈਂਸ਼ੀਅਲ ਸਪੋਰਟ ਦਿੱਤੀ, ਗਵਰਨਮੈਂਟ ਸਪੋਰਟ ਵੀ ਦਿੱਤੀ। ਦੇਖੋ ਹੁਣ ਸਾਢੇ 500 ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਾਂ ਹੁਣ ਬਣਾਇਆ, ਸ਼ਤਾਬਦੀ ਬਣਾਈ ਹੈ। ਪਹਿਲੀ ਵਾਰ ਹੋਇਆ ਕਿ ਸੈਂਟਰ ਸਰਕਾਰ ਨੇ ਦੁਨੀਆਂ ਦੇ ਜਿੰਨੀਆਂ ਵੀ ਐਮਬੈਸੀਜ਼ ਹੈ ਆਪਣੀਆਂ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੀ, ਤੁਸੀਂ ਆਪਣੇ ਆਪਣੇ ਮੁਲਕ ਵਿੱਚ ਜਿੱਥੇ ਤੁਸੀਂ ਹੋ ਉੱਥੇ ਧੂਮਧਾਮ ਨਾਲ ਮਨਾਓ, ਅਤੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ, ਸਾਰੀ ਗਵਰਨਮੈਂਟ ਆਫਿਸਿਸ ਵਿੱਚ ਮੈਸੇਜ ਦਿੱਤਾ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਉਣਾ। ਸੋ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਨੱਗਾ ਸਾਹਿਬ ਜੀ ਦਾ ਜਿਹੜੇ ਇੱਥੇ ਆਏ ਆ, ਅਤੇ ਮੈਂ ਪੂਰਾ ਸ਼ੋਰ ਕਰਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਰਫੋਂ ਕਿ ਅਸੀਂ ਪੂਰਾ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਕਾਮਯਾਬ ਦੇਵਾਂਗੇ। ਮੈਂ ਆਪਕੋ ਬਤਾਨਾ ਚਾਹਤਾ ਹੂੰ, ਹਮਨੇ ਕਭੀ ਗਠਬੰਧਨ ਨਹੀਂ ਤੋੜਾ, ਦਿੱਲੀ ਮੇਂ ਜੋ ਇੱਕ ਕਭੀ ਤੋੜਾ ਨਹੀਂ ਹੈ, ਪਹਿਲੀ ਗੱਲ। ਹਮਨੇ ਇਲੈਕਸ਼ਨ ਲੜਨੇ ਕਾ ਮਨ ਰੋਕ ਕੀਆ ਥਾ, ਹਮਨੇ ਗਠਬੰਧਨ ਨਹੀਂ ਕਭੀ ਤੋੜਾ। ਦੂਸਰੀ ਬਾਤ, ਹਮ ਸੀਏ ਕੇ ਹੱਕ ਮੇਂ ਸ਼ੁਰੂ ਸੇ ਹਮਨੇ ਯਹੀ ਸਟੈਂਡ ਰਹਾ ਹੈ ਕਿ ਹਮ, ਮੈਂ ਬਤਾਊਂ ਕਿਆ, ਇਹ ਸੀਏ ਕੇ ਸਭਸੇ ਬੜੇ ਸਪੋਰਟਰ ਹਮ ਹੈ, ਕਿਉਂਕਿ ਹਮਾਰੇ ਸਿੱਖ ਬਹਿਣ ਭਾਈ ਜੋ ਪਾਕਿਸਤਾਨ ਔਰ ਅਫਗਾਨਿਸਤਾਨ ਸੇ ਪਿਛਲੇ ਕਈ ਸਾਲੋਂ 15-20 ਸਾਲ ਸੇ ਵਹਾਂ ਤਾਲਿਬਾਨ ਰੂਲ ਮੇਂ ਔਰ ਪਾਕਿਸਤਾਨ ਮੇਂ ਮਿਨੋਰਟੀਜ਼ ਕੋ ਐਕਸਪਲੋਇਟ ਕੀਆ ਜਾਤਾ ਥਾ, ਉਹ ਉਨਕੋ ਹਰ ਬਾਤ ਜਬ ਉਹ ਵਾਪਸ ਯਹਾਂ ਆਏ, ਹਮਨੇ ਲਗਾਤਾਰ, ਮੈਨੂੰ ਯਾਦ ਹੈ ਰਾਜਨਾਥ ਸਿੰਘ ਜੀ ਹੋਮ ਮਿਨਿਸਟਰ ਉਨਕੇ ਪਾਸ ਵੀ ਗਏ, ਅਮਿਤ ਭਾਈ ਜੋ ਹੋਮ ਮਿਨਿਸਟਰ ਉਨਕੇ ਪਾਸ ਵੀ ਹਮ ਡੈਲੀਗੇਸ਼ਨ ਲੈ ਕੇ ਗਏ, ਹਮ ਉਹਨਾਂ ਨੇ ਹਮਨੇ ਲਗਾਤਾਰ ਹਮਨੇ ਯਹੀ ਕਿਹਾ ਕਿ ਇਨਕੋ ਸਿਟੀਜ਼ਨਸ਼ਿਪ ਦੀ ਜਾਏ, ਕਿਉਂਕਿ ਇਹ ਲੋਕ ਜੋ ਹੈ ਪਿਛਲੇ 20 ਸਾਲ ਸੇ ਇਨਸਾਫ ਮੰਗ ਰਹੇ ਹੈ, ਸੋ ਹਮਨੇ ਵੋਟ ਵਹਾਂ ਵੀ ਡਾਲੀ ਹੈ। ਥੈਂਕ ਯੂ ਸਰ, ਇਲੈਕਸ਼ਨ ਕਮਿਸ਼ਨ ਨੇ ਅਨੁਰਾਗ ਠਾਕੁਰ ਔਰ ਪ੍ਰਵੇਸ਼ ਵਰਮਾ ਕੋ ਕੰਪੇਰੀਜ਼ ਯਾ ਵੋ ਆਜ ਇਹ ਵਕਤ ਨਹੀਂ ਹੈ। ਥੈਂਕ ਯੂ, ਠੀਕ ਹੈ, ਚਲਤਾ ਰਹੇ।